ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰਬੰਧ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀ ਨੂੰ ਸਫਲ ਕਰਨਾ, ਇਹ ਆਉਣ ਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ, ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜੇ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਬਹਿ ਜਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰਬੰਧ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀ ਉਹ ਸਫਲ ਕਰਨਾ, ਇਹ ਆਉਣ ਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ, ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜੇ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਹਰੇ ਦੀ ਕੋਠੀ ਮੁਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆ, ਆਓ ਸਾਡੇ ਘਰ 'ਚ, ਆਓ ਸਾਡੇ ਦਫ਼ਤਰਾਂ 'ਚ, ਆਓ ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆ। ਕਹਿੰਦੇ ਦੱਸੋ ਆ ਕੀ ਗੱਲ, ਅੱਜ ਜੇ ਕੋਈ ਇਹਦੇ ਘਰ ਮੁਹਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਸਾਰੇ ਆਗੂਆਂ ਦੇ ਘਰੋ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200-400-500-1000 ਦੇ ਕਾਫਲਿਆਂ ਦੇ ਵਿੱਚ ਨਿਕਲੋ, ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਬੈਠਾਂਗੇ। ਸਿੱਖ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀ ਮੈਂ ਕਹਿੰਦਾ, ਇਹ ਮੌਕੇ ਵਾਰ ਵਾਰ ਨਹੀਂ ਆਉਂਦੇ, ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਹਾਂ। ਆਪਾਂ ਪਹਿਲਾਂ ਵੀ ਕਰਾਂਜ ਵਾਲੇ ਦਾ ਨੁਕਸਾਨ ਖਾਧਾ, ਅੱਜ ਵੀ ਕਰਾਂਜ ਵਾਲੇ ਨੁਕਸਾਨ ਹੋਰ ਖਾਵਾਂਗੇ। ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਅਸੀਂ ਪਹੁੰਚਾਂਗੇ ਇਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ, ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ? ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ, 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਅਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ। ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫਿਰ ਕਹਿਣਾ
ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦੇ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।